ਇੰਨੀ ਜਨਤਾ ਪਿੱਛੇ, ਇੰਨੀ ਜਨਤਾ ਅੱਗੇ, ਇੰਨੀਆਂ ਗੱਡੀਆਂ ਅੱਗੇ ਪਿੱਛੇ। ਮੈਂ ਕਿਹਾ ਇਹਨਾਂ ਨੂੰ ਹਟਾਓ ਯਾਰ ਮੇਰੇ ਆਲੇ ਦੁਆਲੇ ਤੇ, ਮੈਂ ਆਜ਼ਾਦ ਬੰਦਾ, ਮੈਨੂੰ ਕਿਹਨੇ ਮਾਰਨਾ, ਕਿਆ ਦੱਸੋ ਮੈਨੂੰ ਮਾਰ ਕੇ ਕਿਸ ਨੂੰ ਕਿਆ ਮਿਲਣਾ। ਲੇਕਿਨ ਤੁਸੀਂ ਪਤਾ ਤੁਹਾਨੂੰ ਕਿੰਨੀ ਸਿਕਿਉਰਿਟੀ ਹੈ ਮੇਰੀ, 1000 ਬੰਦਾ ਮੇਰੀ ਸਿਕਿਉਰਿਟੀ ਪਰ, 200 ਗੱਡੀਆਂ ਮੈਨੂੰ ਦੇ ਦਿੱਤੀਆਂ, ਮੇਰੇ ਤਾਂ ਕਮਰੇ ਕਮਰੇ ਜਿੱਡੀਆਂ ਗੱਡੀਆਂ ਇਹਨੇ ਬਾਦਲਾਂ ਨੇ ਖਰੀਦੀਆਂ ਹੋਈਆਂ। ਮੈਂ ਹੁਣੇ ਆਇਆ, ਕਮਰੇ ਜਿੱਡੀ ਗੱਡੀ ਹੈ 2 ਕਰੋੜ ਰੁਪਏ ਦੀ, ਕਹਿੰਦੇ ਉਹਦੀ। ਉਹ ਯਾਰ ਗਰੀਬਾਂ ਪਰ ਲਾ ਦਿੰਦੇ ਪੈਸਾ, ਉਈਓ 8 ਗੱਡੀਆਂ ਮੇਰੇ ਅੱਗੇ ਪਿੱਛੇ ਫਿਰਦੀਆਂ। ਮੈਂ ਆਪਣੇ ਸੈਕਟਰੀ ਸਾਹਿਬ ਨੂੰ, ਰਾਹੁਲ ਤਿਵਾੜੀ ਜੀ ਬੈਠੇ, ਮੈਂ ਇਹਨੂੰ ਰਸਤੇ 'ਚ ਕਹਿ ਰਿਹਾ ਸੀ, ਮੈਂ ਕਿਹਾ ਉਹ ਸਿਕਿਉਰਿਟੀ ਦਾ ਕਿਆ ਬਣਿਆ, ਕਾਹਦੇ ਵਾਸਤੇ 1000 ਬੰਦਾ ਪਿੱਛੇ ਘੁਮਾਇਆ ਹੋਇਆ? ਕਹਿੰਦੇ ਜੀ ਇੰਟੈਲੀਜੈਂਸ ਵਾਲੇ ਕਹਿੰਦੇ ਵੀ ਅਸੀਂ ਨਹੀਂ ਘੱਟ ਕਰ ਸਕਦੇ ਜੇ ਕੱਲ੍ਹ ਨੂੰ ਕੋਈ ਗੱਲ ਹੋ ਜਾਵੇ। ਮੈਂ ਕਿਹਾ ਯਾਰ ਜੇ ਕੱਲ੍ਹ ਕੋਈ ਹੋ ਗਈ ਤਾਂ ਮੈਂ ਜ਼ਿੰਮੇਵਾਰ ਹੈ, ਭੇਜੋ ਇਹਨਾਂ ਨੂੰ। ਕਿਆ ਕਰਨਾ 1000 ਬੰਦਾ, 5-7 ਬੰਦੇ ਚਲੋ ਠੀਕ ਹੈ, ਕਈ ਜਗ੍ਹਾ ਲੋਕ ਵੀ ਜ਼ਿਆਦਾ ਅੱਗੇ ਨੂੰ ਆ ਜਾਂਦੇ ਕਿ ਮਿਲਣਾ ਹੀ ਜ਼ਰੂਰ ਹੈ, ਮਿਲਣਾ ਜ਼ਰੂਰ ਹੈ, ਥੋੜ੍ਹਾ ਜਿਹਾ ਤਰੀਕੇ ਨਾਲ ਉਹਨਾਂ ਨੂੰ ਸੈੱਟ ਕਰ ਦੇਣਗੇ ਉਹ। ਇਸ 'ਤੇ ਜ਼ਿਆਦਾ ਤਾਂ ਕੁਛ ਨਹੀਂ, ਸਿੰਬਲ ਬਣ ਗਿਆ ਇੱਕ ਕਿ ਜੀ ਗਨਮੈਨ ਇੰਨੇ ਜ਼ਿਆਦਾ ਪਿੱਛੇ। ਹੁਣ ਮੈਂ ਸੁਖਬੀਰ ਬਾਦਲ ਥੋੜ੍ਹੋ ਯਾਰ ਵੀ ਮੈਂ ਦਿਖਾਉਣਾ ਕਿ ਜੀ ਐਡੀ ਬੜੀ ਕਾਰਵਾਈ ਆ ਰਹੀ ਹੈ, ਕਿਉਂਕਿ ਲੋਕਾਂ ਦੇ ਪਿੱਛੇ ਲੱਗਦੀ ਨਹੀਂ ਉਹ, ਇਹਨਾਂ ਦੀ ਉਹ ਲਾਈ ਫਿਰੀ ਜਾਂਦੇ ਹੈ, ਪਬਲਿਕ ਉਹਨਾਂ ਦੇ ਨਾਲ ਤੁਰਨੇ ਨੂੰ ਤਿਆਰ ਨਹੀਂ। ਉਹ ਕਹਿੰਦੇ ਚਲੋ ਇਹੀ 1000 ਬੰਦਾ ਪਿੱਛੇ ਸਿਕਿਉਰਿਟੀ ਦੇ ਨਾਂ ਪਰ ਪਿੱਛੇ ਤੋਰ ਲਓ। ਇਸ ਕਰਕੇ ਨੌਜਵਾਨ ਵੀਰੋ, ਇਹ ਸਮਝ ਲਓ ਤੁਹਾਡਾ ਭਰਾ ਮੁੱਖ ਮੰਤਰੀ ਹੈ ਅਤੇ ਤੁਹਾਨੂੰ ਐਡਜਸਟ ਕਰਨਾ ਹੈ। ਇਹ ਸਮਝ ਲਓ ਕਿ ਜਿੰਨੀ ਕੁ ਸਮਰੱਥਾ ਨੌਕਰੀਆਂ ਦੀ ਪੰਜਾਬ ਸਰਕਾਰ ਕੋਲ ਹੈ, ਉਨੀ ਤਾਂ ਮੈਂ 4 ਮਹੀਨਿਆਂ 'ਚ ਭਰ ਦੇਣੀ। ਮੈਂ ਅੱਜ ਇਹਨਾਂ ਨੂੰ ਕਿਹਾ ਵੀ 1 ਲੱਖ ਨੌਕਰੀ ਹੋਰ ਕੱਢੋ। ਆ ਤੁਸੀਂ ਦੇਖੋ ਸਾਡੇ ਪਿੱਛੇ ਮੇਰੀ ਇੰਨੀ ਲੜਾਈ ਹੋਈ, ਹੁਣ ਇੱਕ ਮੰਤਰੀ ਦੀ ਜਿੰਨੀ ਕੈਬਨਿਟ ਚੱਲਦੀ ਉੱਨੀ ਕੁ ਚੱਲੇਗੀ ਨਾ। ਕਹਿੰਦੇ ਜੀ ਕਲਾਸ ਡੀ ਦੀਆਂ ਨੌਕਰੀਆਂ ਆਊਟਸੋਰਸ ਕਰਨੀਆਂ। ਮੈਂ ਕਿਹਾ ਵੀ ਕਲਾਸ ਡੀ ਦੀਆਂ ਹੀ ਕਾਹਤੇ ਕਰਨੀਆਂ, ਫਿਰ ਕਲਾਸ ਏ ਦੀਆਂ ਵੀ ਕਰ ਲਓ। ਕਲਾਸ ਡੀ ਦੇ ਵਿੱਚ ਹੁਣ ਗਰੀਬ ਏ ਭਰਤੀ ਹੁੰਦਾ 84, ਹੋਰ ਤਾਂ ਕਿਸੇ ਨੇ ਲੱਗਣਾ ਨਹੀਂ। ਡਰਾਈਵਰ ਟੈਕਨੀਸ਼ੀਅਨ ਜਿੰਨੇ ਕਲਾਸ ਡੀ ਦੇ ਵਿੱਚ ਹੈ, ਉਹ ਮੇਰੇ ਡਾਇਰੈਕਟਰ ਬੈਠੇ, ਮੈਂ ਇਹਨਾਂ ਦੀ ਫਾਈਲ ਪਰ ਲਿਖ ਕੇ ਭੇਜਿਆ ਵੀ ਨਹੀਂ ਇਸ ਤਰ੍ਹਾਂ ਹੋ ਸਕਦਾ, ਹੁਣ ਮੈਂ ਕਰ ਦੇਣਾ। ਹੁਣ ਮੇਰੇ ਪਾਸ ਆ ਗਈ ਉਹ ਕਲਮ, ਕਲਾਸ ਡੀ ਦੇ ਵੀ ਰੈਗੂਲਰ ਹੀ ਭਰਤੀ ਹੋਣਗੇ, ਉਹ ਕਿ ਉਹਨਾਂ ਉਹ ਕਿਤੇ ਹੋਰ 'ਤੇ ਆਏ ਆ, ਉਹ ਕਾਹਤੇ ਨਹੀਂ ਭਰ ਸਕਦੇ ਬਈ? ਜਾਂ ਫਿਰ ਏ ਕਲਾਸ ਵਾਲਿਆਂ ਨੂੰ ਵੀ ਆਊਟਸੋਰਸ ਕਰ ਲਓ, ਬੀ ਵਾਲਿਆਂ ਨੂੰ ਵੀ ਆਊਟਸੋਰਸ ਕਰ ਲਓ। ਅਫਸਰ ਤਾਂ ਲੱਗੇਗਾ ਪੱਕੀ ਤਨਖਾਹ ਪਰ 2.25 ਲੱਖ ਰੁਪਈਆ, ਜਿਹਦੀ 11,000 ਤਨਖਾਹ ਹੈ ਉਹ ਆਊਟਸੋਰਸ ਪਰ ਲੱਗੇਗਾ ਸਾਰੀ ਉਮਰ, ਉੱਪਰ 'ਤੇ ਤਲਵਾਰ ਲਟਕਦੀ ਰਹਿੰਦੀ ਹੈ ਕਿ ਜੀ ਅੱਜ ਕੱਢ ਦੇਵੇ ਅੱਜ ਕੱਢ ਦੇਵੇ, ਕਿਉਂਕਿ ਨੌਕਰ ਤਾਂ ਆਊਟਸੋਰਸ ਹੈ ਜਾਂ ਕੰਟਰੈਕਟ 'ਤੇ ਹੈ।